ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁੱਖ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਬਹੁਤੇ ਫੇਰ ਪਏ, ਕਿਰਪਨ ਕਉ ਅਬ ਕਿਛ ਕਿਰਪਾ ਕੀਜੈ। ਇਸ ਸ਼ਬਦ ਦਾ ਗਾਇਨ ਕੀਤਾ ਹੈ ਜੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਹੋਰਾਂ ਨੇ। ਔਰ ਇਹ ਜੋ ਸ਼ਬਦ ਹੈ ਇਹ ਅੰਮ੍ਰਿਤ ਕੀਰਤਨ ਦੇ 68 ਨੰਬਰ ਪੇਜ ਦੇ ਉੱਪਰ ਹੈ, 68 ਅੰਗ ਜੋ ਹੈ ਉਸ ਦੇ ਉੱਪਰ ਹੈ। ਔਰ ਇਸ ਸ਼ਬਦ ਨੂੰ ਅੱਜ ਅਸੀਂ ਵੀਰਾਂ ਦੇ ਸਕੇਲ ਦੇ ਉੱਪਰ ਸਿੱਖਾਂਗੇ ਜੀ, ਭੈਣਾਂ ਦੇ ਸਕੇਲ ਦੇ ਉੱਪਰ। ਇਸ ਸ਼ਬਦ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਚੁੱਕਾ ਹਾਂ ਜੀ। ਵੀਰਾਂ ਵਾਸਤੇ ਜੋ ਮੈਂ ਸਕੇਲ ਰੱਖਿਆ ਹੈ ਇਸ ਸ਼ਬਦ ਦਾ, ਇਹ ਹੈ ਮਤਸਪਤਕ ਦਾ ਤੀਸਰਾ ਵਾਈਟ। ਔਰ ਇਸ ਸ਼ਬਦ ਨੂੰ ਅਸੀਂ ਤੀਨ ਤਾਲ ਤਾਲ ਦੇ ਵਿੱਚ ਗਾਇਨ ਕਰਨਾ ਹੈ। ਅਸੀਂ ਤਬਲੇ ਦੀ ਤਾਲ ਦੇ ਉੱਪਰ ਬਿਲਕੁਲ ਸਲੋ ਸਲੋ ਇਸ ਸ਼ਬਦ ਨੂੰ ਸਿੱਖਾਂਗੇ। ਔਰ ਸਿੱਖਣ ਤੋਂ ਬਾਅਦ ਤੁਸੀਂ ਇਸ ਸ਼ਬਦ ਦੀ ਜੋ ਬੀਟ ਹੈ, ਜੋ ਤਾਲ ਹੈ, ਉਹ ਆਪਣੀ ਮਰਜ਼ੀ ਦੇ ਮੁਤਾਬਕ ਵਧਾ ਸਕਦੇ ਹੋ ਜੀ। ਸ਼ੁਰੂ ਕਰਦੇ ਹਾਂ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹਦੇ ਨਾਲ ਬਿਲਕੁਲ ਹੀ ਨਾਲ ਦੂਸਰੀ ਲਾਈਨ ਅਸੀਂ ਬਿਲਕੁਲ ਨਾਲ ਹੀ ਅਸੀਂ ਉਸ ਲਾਈਨ ਨੂੰ ਗਾਇਨ ਕਰਨਾ ਹੈ ਟੱਚ ਕਰਦੇ ਹੋਏ। ਹਮ ਭੀਖਕ ਭਿਖਾਰੀ ਪਟ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ, ਬਹੁਤੇ ਫੇਰ ਪਏ ਕਿਰਪਨ ਕੋ। Yeah.
ते फेर पए किरपन को अब किछ कृपा कीजे। दूसरी लाइन जो है बिल्कुल नाल ही असी स्टार्ट करनी है। बहुत फेर पए किरपन को अब किछ कृपा कीजे, चुका दी मुआफी जी। वाहेगुरु जी का खालसा, वाहेगुरु जी की फतेह।